ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ ਯੂਐਸਏ ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਤਾਂ ਸਰੋਤਿਓ, ਅੱਜ ਦੀ ਇੱਕ ਖਾਸ ਮੁਲਾਕਾਤ ਦੇ ਵਿੱਚ ਤੁਹਾਡੀ ਅਸੀਂ ਗੱਲਬਾਤ ਆ ਜਿਹੜੀ ਉਹ ਕਰਾਉਣ ਜਾ ਰਹੇ ਹਾਂ ਸਰਦਾਰ ਹਜੀਤ ਸਿੰਘ ਜੀ ਅਦਾਲਤੀ ਵਾਲਾ ਉਹਨਾਂ ਦੇ ਨਾਲ। ਜਿਵੇਂ ਆਪ ਸਭ ਜਾਣਦੇ ਹੋ ਵੀ ਪੰਜਾਬ ਦੇ ਵਿੱਚ ਜਿਮਣੀ ਚੋਣਾਂ ਆ ਉਹਨਾਂ ਦਾ ਐਲਾਨ ਹੋ ਚੁੱਕਾ ਆ। ਪਟਿਆਲੇ ਹਲਕੇ ਤੋਂ ਇਹ ਆਮ ਆਦਮੀ ਪਾਰਟੀ ਆ ਉਸ ਦੇ ਜਿਹੜੇ ਇਹ ਉਮੀਦਵਾਰ ਨੇ, ਅਤੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਹਰਜੀਤ ਸਿੰਘ ਅਦਾਲਤੀ ਵਾਲਾ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਹੈ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਕਰਮਵੀਰ ਜੀ। ਅਤੇ ਹਰਜੀਤ ਸਿੰਘ ਜੀ, ਸਭ ਤੋਂ ਪਹਿਲਾਂ ਪੰਜਾਬੀ ਰੇਡੀਓ ਯੂਐਸਏ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਆਪਣੇ ਬਾਰੇ ਜਿਹੜਾ ਜੀ ਜ਼ਰੂਰ ਦੱਸੋ ਵੀ ਕਿਹੜੇ ਤੁਸੀਂ ਪਿੰਡ ਦੇ ਹੋ ਅਤੇ ਕਦੋਂ ਤੋਂ ਤੁਸੀਂ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋ। ਮੇਰਾ ਨਾਮ ਹਰਜੀਤ ਸਿੰਘ ਅਦਾਲਤੀ ਵਾਲਾ ਹੈ ਜੀ, ਤੇ ਮੇਰਾ ਪਿੰਡ ਪਟਿਆਲੇ ਜ਼ਿਲ੍ਹੇ ਦੇ ਵਿੱਚ ਹੈ ਜੀ। ਦੁੱਧਨ ਸਾਧਨ ਸਬ ਤਹਿਸੀਲ ਹੈ ਜੀ। ਪਟਿਆਲਾ ਤੋਂ ਪਹੇਵਾ ਰੋਡ ਜਿਹੜੀ ਸੜਕ ਜਾਂਦੀ ਹੈ ਜੀ, ਉਹਦੇ ਉੱਪਰ ਦੇਵੀਗੜ੍ਹ ਅੱਡਾ ਆਉਂਦਾ ਜੀ। ਦੇਵੀਗੜ੍ਹ ਤੋਂ ਸਿਰਫ 3 ਕਿਲੋਮੀਟਰ ਦੂਰ ਮੇਰਾ ਪਿੰਡ ਹੈ ਜੀ ਅਦਾਲਤੀ ਵਾਲਾ ਜੀ। ਜੀ, ਤੇ ਮੈਂ ਪਹਿਲਾਂ ਐਕਚੁਅਲੀ ਸ਼੍ਰੋਮਣੀ ਅਕਾਲੀ ਦਲ ਸੀ ਜੀ। ਮੈਂ ਬਹੁਤ ਲੰਬਾ ਸਮਾਂ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕੀਤੀ, ਤਕਰੀਬਨ 37 ਸਾਲ ਮੈਂ ਬੜਾ ਸਰਗਰਮ ਵਰਕਰ। ਮੈਂ ਪਾਰਟੀ ਦਾ ਆਰਗੇਨਾਈਜ਼ਰ ਸੈਕਟਰੀ ਸੀ ਸ਼੍ਰੋਮਣੀ ਅਕਾਲੀ ਦਲ ਦਾ, ਤੇ ਮੈਂ ਬੈਕਵਰਡ ਕਲਾਸਿਸ ਕਮਿਸ਼ਨ ਦਾ ਵਾਈਸ ਚੇਅਰਮੈਨ ਵੀ ਰਿਹਾ, ਤੇ ਚੇਅਰਮੈਨ ਦਾ ਵੀ ਮੇਰੇ ਕੋਲ ਸੀ ਜੀ ਚਾਰਜ ਜੀ। ਇੱਕ ਗੱਲ ਮੈਂ ਹੋਰ ਆਪਣੇ ਬਾਰੇ ਦੱਸ ਦਿਆਂ ਜੀ, ਮੈਂ ਸਾਡਾ ਪਰਿਵਾਰ ਜਿਹੜਾ ਸ਼ਹੀਦਾਂ ਦੇ ਪਰਿਵਾਰ ਵਿੱਚੋਂ ਜੀ, ਸਾਡੇ ਬਾਬਾ ਜੀ ਮੇਰੇ ਗ੍ਰੈਂਡਫਾਦਰ ਦੇ ਬ੍ਰਦਰ ਸਰਦਾਰ ਹਰਨਾਮ ਸਿੰਘ ਜੀ ਨਨਕਾਣਾ ਸਾਹਿਬ ਜਦੋਂ ਮੋਰਚਾ ਲੱਗਿਆ ਸੀ ਉੱਥੇ ਸ਼ਹੀਦ ਹੋਏ ਸਨ ਜੀ। ਜੀ ਜੀ, ਬਿਲਕੁਲ ਜੀ। ਤਾਂ ਸਰੋਤਿਆਂ ਨੂੰ ਜਿਹੜਾ ਜੀ ਹੁਣ ਤੁਸੀਂ ਦੱਸਿਆ ਹਰਜੀਤ ਸਿੰਘ ਅਦਾਲਤੀ ਵਾਲਾ ਦੇ ਬਾਰੇ, ਆਪਣੇ ਪਿੰਡ ਦੇ ਬਾਰੇ ਦੱਸਿਆ, ਤੁਸੀਂ ਦੱਸਿਆ ਵੀ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੇ ਰਹੇ ਹੋ, ਅਤੇ ਮੇਰਾ ਅਗਲਾ ਸਵਾਲ ਵੀ ਜਿਹੜਾ ਇਹੀ ਹੋਏਗਾ ਵੀ ਤੁਹਾਨੂੰ ਜਿਹੜੇ ਅੰਦਰੋਂ ਕਿਹੜੀ ਆਵਾਜ਼ ਤੁਹਾਡੇ ਅੰਦਰੋਂ ਉੱਠੀ, ਕੀ ਤੁਹਾਨੂੰ ਮਹਿਸੂਸ ਹੋਇਆ ਵੀ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਜਿੱਥੇ ਤੁਸੀਂ 3 ਦਹਾਕੇ ਤੋਂ ਜ਼ਿਆਦਾ ਜਿਹੜੇ ਉਸ ਪਾਰਟੀ ਦੇ ਨਾਲ ਜੁੜੇ ਰਹੇ, ਵੀ ਹੁਣ ਤੁਸੀਂ ਆਮ ਆਦਮੀ ਪਾਰਟੀ ਦੇ ਨਾਲ ਜੁੜ ਗਏ, ਕੀ ਕਾਰਨ ਰਹੇ ਇਸ ਦੇ ਪਿੱਛੇ? ਐਕਚੁਅਲੀ ਜੀ, ਜਦੋਂ ਸ਼੍ਰੋਮਣੀ ਅਕਾਲੀ ਦਲ ਬਣਿਆ ਸੀ, ਬੜੀਆਂ ਸ਼ਹਾਦਤਾਂ ਦੇ ਕੇ ਸ਼੍ਰੋਮਣੀ ਅਕਾਲੀ ਦਲ ਜਥੇਬੰਦੀ ਬਣੀ ਸੀ ਜੀ। ਪਰ ਅੱਜ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਪਰਿਵਾਰ ਦਾ ਸ਼੍ਰੋਮਣੀ ਅਕਾਲੀ ਦਲ ਉੱਪਰ ਗਲਬਾ ਹੈ, ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨਾਂ ਦੀ ਕੋਈ ਜਥੇਬੰਦੀ ਜਾਂ ਕੋਈ ਪਾਰਟੀ ਨਹੀਂ ਰਹਿ ਗਈ, ਇਹ ਤਾਂ ਇੱਕ ਬਾਦਲ ਪਰਿਵਾਰ ਦੀ ਆਪਣੀ ਜੱਦੀ ਜਾਇਦਾਦ ਜੱਦੀ ਜਗੀਰ ਬਣਨ ਦੀ ਗੱਲ ਹੋ ਗਈ ਹੈ ਜੀ। ਜੀ ਜੀ। ਸੋ ਹਰ ਵਰਕਰ ਹਰ ਲੀਡਰ ਉੱਥੇ ਆਪਣੇ ਆਪ ਨੂੰ ਬੜੀ ਘੁੱਟਣ ਮਹਿਸੂਸ ਕਰਦਾ ਸੀ, ਇਸ ਕਰਕੇ ਮੈਨੂੰ ਵੀ ਬਹੁਤ ਉੱਥੇ ਹਰ ਗੱਲ ਹੀ ਪੈਸੇ ਨਾਲ ਹੁੰਦੀ ਹੈ ਜੀ। ਮੈਂ ਇਸ ਕਰਕੇ ਇਹ ਗੱਲਾਂ ਚੰਗੀਆਂ ਨਹੀਂ ਸੀ ਸਮਝਦਾ, ਕਿਉਂਕਿ ਸਾਡਾ ਤਾਂ ਪੰਥਕ ਪਰਿਵਾਰ ਸੀ, ਅਸੀਂ ਸੇਵਾ ਭਾਵਨਾ ਨਾਲ ਲੱਗੇ ਹੋਏ ਸੀ, ਅਸੀਂ ਕੋਈ ਪੈਸੇ ਦੇਣ ਜਾਂ ਪੈਸੇ ਲੈਣ ਵਾਲੇ ਕੰਮ ਕਰਕੇ ਨਹੀਂ ਸੀ ਪਾਰਟੀ ਦੀ ਸੇਵਾ ਕਰਦੇ ਜੀ। ਸੋ ਇਸ ਕਰਕੇ ਮੈਨੂੰ ਤਾਂ ਅੱਛਾ ਨਹੀਂ ਲੱਗਿਆ, ਮੈਂ ਪਾਰਟੀ ਨੂੰ ਅਲਵਿਦਾ ਕਹਿ ਕੇ। ਅਰਵਿੰਦ ਕੇਜਰੀਵਾਲ ਦੀ ਸੋਚ ਮੈਨੂੰ ਬਹੁਤ ਅੱਛੀ ਲੱਗੀ, ਮੈਨੂੰ ਲੱਗਿਆ ਵੀ ਉਸਦੇ ਵਿੱਚੋਂ ਅਸੀਂ ਦੇਸ਼ ਦਾ ਕੋਈ ਭਲਾ ਕਰ ਸਕਦੇ ਹਾਂ। ਜੋ ਸਾਡੇ ਸ਼ਹੀਦਾਂ ਦੀ ਸੋਚ ਸੀ, ਜਿਸ ਕਰਕੇ ਸ਼ਹੀਦਾਂ ਨੇ ਸ਼ਹੀਦੀਆਂ ਦੇ ਕੇ ਫਾਂਸੀਆਂ ਦੇ ਰੱਸੇ ਚੁੰਮ ਕੇ ਦੇਸ਼ ਨੂੰ ਆਜ਼ਾਦ ਕਰਾਇਆ ਸੀ, ਸੋ ਉਹਨਾਂ ਦੇ ਸੁਪਨੇ ਨੂੰ ਸਾਕਾਰ ਕਰਨ ਵਾਸਤੇ ਮੈਨੂੰ ਇਸ ਤਰ੍ਹਾਂ ਲੱਗਿਆ ਵੀ ਜੇ ਅਸੀਂ ਕੇਜਰੀਵਾਲ ਦਾ ਸਾਥ ਦੇਵਾਂਗੇ ਤੇ ਅਸੀਂ ਸ਼ਾਇਦ ਹਿੰਦੁਸਤਾਨ ਦੀ ਪੰਜਾਬ ਦੀ ਤਸਵੀਰ ਨੂੰ ਬਦਲ ਸਕਾਂਗੇ ਜੀ। ਸੋ ਇਸ ਕਰਕੇ ਮੈਂ ਆਮ ਆਦਮੀ ਪਾਰਟੀ 4 ਅਪ੍ਰੈਲ 2014 ਨੂੰ ਮੈਂ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਸੀ ਜੀ। ਜੀ, ਠੀਕ ਹੈ ਜੀ। ਅਤੇ ਹੁਣ ਜੇ ਆਪਾਂ ਤੁਹਾਡੇ ਹਲਕੇ ਦੇ ਬਾਰੇ ਜਿਹੜੀ ਗੱਲ ਕਰੀਏ ਪਟਿਆਲੇ ਦੇ ਬਾਰੇ, ਉੱਥੋਂ ਦੇ ਤੁਹਾਡੇ ਹਿਸਾਬ ਦੇ ਨਾਲ ਕਿਹੜੇ ਮੇਨ ਇਸ ਟਾਈਮ ਮੁੱਦੇ ਆ ਵੀ ਜਿਹੜੇ ਉੱਥੋਂ ਦੇ ਲੋਕ ਸਭ ਤੋਂ ਜ਼ਿਆਦਾ ਉੱਤੋਂ ਪ੍ਰਭਾਵਿਤ ਨੇ, ਪੀੜਿਤ ਨੇ? ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਹਿਣੀ ਚਾਹਾਂਗਾ ਕਿ ਜਦੋਂ ਦੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਹੈ, ਪਿਛਲੀ ਸਰਕਾਰ ਵੀ ਸੀ ਤੇ ਇਹ ਹੁਣ ਵਾਲੀ ਸਰਕਾਰ ਜੀ ਜੀ, ਖਾਸ ਕਰਕੇ ਹੁਣ ਵਾਲੀ ਸਰਕਾਰ ਤਾਂ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਪੰਜਾਬ ਨੇ ਬਿਲਕੁਲ ਹੀ ਪੰਜਾਬ ਨੂੰ ਹੀ ਵਿਸਾਰ ਕੇ ਰੱਖ ਦਿੱਤਾ ਜੀ ਜੀ। ਉਹਨਾਂ ਦਾ ਧਿਆਨ ਹੈ ਤਾਂ ਸਿਰਫ ਬਠਿੰਡੇ ਹਲਕੇ ਦੇ ਉੱਪਰ ਹੈ ਜੀ, ਤੇ ਜੇ ਮੈਂ ਗੱਲ ਪਟਿਆਲੇ ਕਰਦਾ ਤਾਂ ਪਟਿਆਲੇ ਦਾ ਤਾਂ ਇਸ ਟਾਈਮ ਇੰਨਾ ਮਾੜਾ ਹਾਲ ਹੈ ਵੀ ਟੁੱਟੀਆਂ ਹੋਈਆਂ ਸੜਕਾਂ, ਕੋਈ ਸਕੂਲ ਕਾਲਜ ਵੱਲ ਧਿਆਨ ਨਹੀਂ, ਰਜਿੰਦਰਾ ਹੋਸਪਿਟਲ ਹੈ, ਕਿਸੇ ਸਮੇਂ ਉੱਥੇ ਰਾਜਸਥਾਨ ਤੋਂ ਲੈ ਕੇ ਹਰਿਆਣਾ ਹਿਮਾਚਲ ਤੋਂ ਸਾਰੇ ਪੇਸ਼ੈਂਟ ਇੱਥੇ ਆਉਂਦੇ ਹੁੰਦੇ ਸੀ, ਇੱਕ ਨਾਮਵਰ ਹੋਸਪਿਟਲ ਸੀ, ਪਰ ਅੱਜ ਉਹ ਹੋਸਪਿਟਲ ਜਿਹੜਾ ਬਿਲਕੁਲ ਹੀ ਖੰਡਰ ਬਣ ਕੇ ਰਹਿ ਗਿਆ। ਸਾਨੂੰ ਦੁੱਖ ਹੁੰਦਾ ਇਸ ਗੱਲ ਦੇ ਉੱਪਰ ਕਿ ਗਰੀਬ ਆਦਮੀ ਕਿੱਥੇ ਇਲਾਜ ਕਰਨ ਵਾਸਤੇ ਜਾਵੇ ਜੀ। ਅਮੀਰ ਆਦਮੀ ਤਾਂ ਤੁਹਾਨੂੰ ਪਤਾ ਪੈਸੇ ਦੇ ਕੇ ਕਿਤੇ ਵੀ ਜਾ ਸਕਦਾ, ਕਿਤੇ ਵੱਡੇ ਹੋਸਪਿਟਲ ਦੇ ਵਿੱਚ ਜਾ ਸਕਦਾ, ਪਰ ਕਿਉਂਕਿ ਬਹੁਤੀ ਪਾਪੂਲੇਸ਼ਨ ਜਿਹੜੀ ਅਫੋਰਡ ਨਹੀਂ ਕਰ ਸਕਦੀ, ਸਾਨੂੰ ਬੜਾ ਦੁੱਖ ਹੁੰਦਾ ਕਿ ਰਜਿੰਦਰਾ ਹੋਸਪਿਟਲ ਬਿਲਕੁਲ ਅੱਜ ਖੰਡਰ ਹੈ,
ਉੱਥੇ ਪੇਸ਼ੈਂਟ ਜਾਣ ਨੂੰ ਤਿਆਰ ਨਹੀਂ। ਜੇ ਪੇਸ਼ੈਂਟ ਜਾਂਦਾ ਤੇ ਇਲਾਜ ਨਹੀਂ ਹੋਏਗਾ ਬਲਕਿ ਉਲਟਾ ਬਿਮਾਰੀਆਂ ਲੈ ਕੇ ਜਾਏਗਾ। ਜੀ ਜੀ, ਸੋ ਇਹ ਤਾਂ ਮੇਰੇ ਹੋਸਪਿਟਲ ਦੀ ਗੱਲ ਹੈ। ਜੇ ਮੈਂ ਦੂਸਰੀ ਗੱਲ ਕਰਾਂ ਇੱਥੇ ਪਟਿਆਲੇ ਦੇ ਵਿੱਚ ਸੀਵਰੇਜ ਦੀ, ਦੇਖੋ ਐਤਕੀ ਔੜ ਲੱਗੀ ਹੋਈ ਹੈ, ਮੀਂਹ ਪੈ ਨਹੀਂ ਰਿਹਾ। ਜੀ ਜੀ, ਇੰਨੇ ਦੇ ਬਾਵਜੂਦ ਵੀ ਜੇ ਮਾੜੀਆਂ ਜਿਹੀਆਂ ਛਿੱਟਾਂ ਵੀ ਪੈਂਦੀਆਂ ਤਾਂ ਪਾਣੀ ਪਾਣੀ ਹਰ ਪਾਸੇ ਹੋ ਜਾਂਦਾ। ਜੀ ਜੀ, ਸੋ ਸਰਕਾਰ ਵੱਲ ਤਾਂ ਧਿਆਨ ਹੀ ਨਹੀਂ ਦਿੱਤਾ ਜੀ। ਇੱਥੋਂ ਤੱਕ ਕਿ ਤੁਸੀਂ ਦੇਖੋ ਵੀ ਜੇ ਮੀਂਹ ਪੈ ਗਿਆ ਤਾਂ ਜਿਹੜੀਆਂ ਨਦੀਆਂ ਨਾਲੇ ਆ ਉਹਨਾਂ ਦਾ ਕੋਈ ਵੀ ਹੱਲ ਹੈ? ਕੱਲ ਨੂੰ ਮਨ ਕਰੇ ਬਾਰਿਸ਼ ਪੈ ਕੇ ਤੇ ਫਲੱਡ ਆ ਜਾਵੇ, ਸਰਕਾਰ ਤਾਂ ਬਿਲਕੁਲ ਧਿਆਨ ਹੀ ਨਹੀਂ ਪਟਿਆਲੇ ਵਾਲੇ ਪਾਸੇ ਦੇ ਰਹੀ। ਸੋ ਇਹ ਮੁੱਦੇ ਲੈ ਕੇ ਅਸੀਂ ਪਬਲਿਕ ਦੇ ਵਿੱਚ ਜਾ ਰਹੇ ਹਾਂ ਵੀ ਪਬਲਿਕ ਨੂੰ ਜਾਗਰੂਕ ਕਰਦੇ ਹਾਂ ਵੀ ਅਸੀਂ ਇਹਨਾਂ ਨੂੰ ਇੱਥੋਂ ਭਜਾਈਏ ਤੇ ਆਉਣ ਵਾਲੀ ਸਰਕਾਰ ਜਿਹੜੀ ਹੈ ਜੀ ਅਸੀਂ ਆਮ ਆਦਮੀ ਪਾਰਟੀ ਦੀ ਇਹ ਇੱਕ ਟ੍ਰੇਲਰ ਹੈ ਜਿਹੜੀ ਇੱਕ ਸੀਟ ਹੈ ਨਾ ਇਹ 14 ਵਾਲੀ ਸਰਕਾਰ ਬਣਾਉਣ ਦੇ ਵਾਸਤੇ। ਜੀ ਜੀ, ਸੋ ਅਸੀਂ ਇਹ ਮੁੱਦੇ ਬੜੇ ਪੂਰੀ ਤਰ੍ਹਾਂ ਉਠਾ ਰਹੇ ਹਾਂ ਲੋਕਾਂ ਦੇ ਵਿੱਚ ਵੀ ਆਪਾਂ ਇਹਨਾਂ ਨੂੰ ਇੱਥੇ ਨਾ ਦਈਏ। ਇੱਕ ਗੱਲ ਮੈਂ ਹੋਰ ਇੱਥੇ ਕਹਾਂਗਾ ਤੁਹਾਨੂੰ ਇਲੈਕਸ਼ਨ ਪ੍ਰਤੀ, ਕਿਉਂਕਿ ਪਹਿਲਾਂ ਜਿਹੜੀ ਇਲੈਕਸ਼ਨ ਚੱਲੀ ਸੀ ਇੱਥੇ ਲੋਕ ਸਭਾ ਦੀ, ਉਹਦੇ ਵਿੱਚ ਡਾਕਟਰ ਧਰਮਵੀਰ ਜੀ ਗਾਂਧੀ ਮੈਂਬਰ ਪਾਰਲੀਮੈਂਟ ਚੁਣੇ ਗਏ ਸਨ। ਹਾਂਜੀ, ਤੇ ਉਸ ਸਮੇਂ ਅਕਾਲੀ ਦਲ ਦੀ ਕੋਈ ਗੱਲ ਨਹੀਂ ਸੀ, ਅਕਾਲੀ ਦਲ ਤਾਂ ਉਦੋਂ ਹੀ ਆਊਟ ਹੋ ਚੁੱਕਿਆ ਸੀ। ਇੱਥੇ ਸਿਰਫ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਹੀ ਮੁਕਾਬਲਾ ਸੀ। ਜੀ, ਅਸੀਂ ਪਟਿਆਲੇ ਦੇ ਵਿੱਚੋਂ ਆਮ ਆਦਮੀ ਪਾਰਟੀ 20,000 ਤੋਂ ਵੱਧ ਵੋਟਾਂ ਦੇ ਨਾਲ ਜਿੱਤ ਹਾਸਲ ਕਰਕੇ ਪਾਰਲੀਮੈਂਟ ਦੇ ਵਿੱਚ ਗਿਆ। ਜੀ ਬਿਲਕੁਲ, ਤੇ ਕਾਂਗਰਸ ਨੂੰ ਉਦੋਂ ਮਤਲਬ 20,000 ਤੋਂ ਮਤਲਬ ਇੱਥੇ ਡਿਫੀਟ ਮਿਲੀ, ਹਾਰ ਗਈ ਕਾਂਗਰਸ। ਤੇ ਅੱਜ ਜਿਹੜੀ ਪਟਿਆਲਾ ਲੋਕ ਸਭਾ ਨੂੰ ਛੱਡ ਕੇ ਜਿਹੜੀ ਅਸੈਂਬਲੀ ਦੀ ਗੱਲ ਜੇ ਆਪਾਂ ਕਰੀਏ ਤੇ ਅਸੈਂਬਲੀ ਦੇ ਵਿੱਚ ਇਸ ਸੀਟ ਤੋਂ ਸਿਰਫ 7,000 ਵੋਟਾਂ ਦੇ ਫਰਕ ਦੇ ਨਾਲ ਆਮ ਆਦਮੀ ਪਾਰਟੀ ਹਾਰੀ ਸੀ। ਲੇਕਿਨ ਅੱਜ ਹਾਲਾਤ ਹੋਰ ਬਦਲ ਚੁੱਕੇ ਹਨ। ਜੀ ਜੀ, ਕਾਂਗਰਸ ਦਾ ਸਫਾਇਆ ਹੋ ਚੁੱਕਿਆ ਸੈਂਟਰ ਦੇ ਵਿੱਚੋਂ ਵੀ, ਕਾਂਗਰਸ ਨੂੰ ਕੋਈ ਲਾਈਕ ਨਹੀਂ ਕਰਦਾ। ਪਟਿਆਲੇ ਦੇ ਵਿੱਚ ਇੱਕ ਬਹੁਤ ਵੱਡੀ ਵੇਵ ਹੈ ਆਮ ਆਦਮੀ ਪਾਰਟੀ ਦੀ ਅੱਜ ਵੀ। ਜੀ ਜੀ, ਅਕਾਲੀ ਦਲ ਨਾਲ ਤੇ ਮੁਕਾਬਲਾ ਹੀ ਕੋਈ ਨਹੀਂ, ਅਕਾਲੀ ਦਲ ਤਾਂ ਅੱਜ ਬਿਲਕੁਲ ਆਊਟ ਹੈ, ਉਹਨਾਂ ਨੂੰ ਤਾਂ ਲੋਕ ਮੂੰਹ ਨਹੀਂ ਲਾ ਰਹੇ। ਜੀ ਜੀ, ਕਾਰਨ ਕੀ? ਇੱਕ ਤਾਂ ਜਿਹੜਾ ਨੇ ਨਸ਼ਿਆਂ ਦੀ ਗੱਲ ਕੀਤੀ ਹੈ ਨਾ, ਨਸ਼ੇ ਇਹਨਾਂ ਦੇ ਮੰਤਰੀ ਵੇਚ ਰਹੇ ਨੇ। ਜੀ ਜੀ, ਲੋਕਾਂ ਨੂੰ ਜਵਾਨੀ ਰੋਲ ਕੇ ਰੱਖ ਦਿੱਤੀ। ਕੋਈ ਸਮਾਂ ਹੁੰਦਾ ਸੀ ਜਦੋਂ ਕੋਈ ਨੌਜਵਾਨ ਆਪਣੇ ਬਾਪੂ ਦੀ ਲਾਠੀ ਫੜ ਕੇ ਲੈ ਕੇ ਜਾਂਦਾ ਸੀ ਹੋਸਪਿਟਲ ਦੇ ਵਿੱਚ ਇਲਾਜ ਕਰਾਉਣ ਵਾਸਤੇ ਵੀ ਮੇਰਾ ਬਾਪੂ ਮੇਰਾ ਦਾਦਾ ਬਿਮਾਰ ਹੈ ਤੇ ਇਹਦਾ ਇਲਾਜ ਕਰਾਵਾਂ, ਪਰ ਅੱਜ ਕਹਾਣੀ ਉਲਟ ਹੋ ਗਈ। ਅੱਜ ਉਹੀ ਬਜ਼ੁਰਗ ਲਾਠੀ ਦੇ ਆਸਰੇ ਆਪਣੇ ਮੁੰਡੇ ਨੂੰ ਲੈ ਕੇ ਜਾਂਦਾ ਹੋਸਪਿਟਲ ਦੇ ਵਿੱਚ ਵੀ ਨਸ਼ੇੜੀ ਹੋ ਚੁੱਕਿਆ, ਇਹਦਾ ਇਲਾਜ ਕਰਾਇਆ ਜਾਵੇ। ਸੋ ਜਵਾਨੀ ਨੂੰ ਇਹਨਾਂ ਨੇ ਰੋਲ ਕੇ ਰੱਖ ਦਿੱਤਾ ਜੀ, ਸਿਰਫ ਕਾਹਦੀ ਖਾਤਰ? ਆਪਣੀ ਕੁਰਸੀ ਦੀ ਖਾਤਰ ਕਿ ਨੌਜਵਾਨ ਨਸ਼ਿਆਂ ਵਾਲੇ ਪਾਸੇ ਲਾ ਦੀਏ, ਕੱਲ ਨੂੰ ਸਾਡੇ ਕੋਲ ਨੌਕਰੀਆਂ ਨਹੀਂ ਮੰਗਣਗੇ, ਕੱਲ ਨੂੰ ਇਹ ਰਾਜ ਭਾਗ ਚ ਹਿੱਸਾ ਨਹੀਂ ਮੰਗਣਗੇ ਤੇ ਅਸੀਂ ਇਹਨਾਂ ਨੂੰ ਇਸ ਪਾਸੇ ਲਾ ਕੇ ਹਮੇਸ਼ਾ ਆਪਣਾ ਰਾਜ ਭਾਗ ਕਾਇਮ ਰੱਖ ਸਕੀਏ। ਜੀ ਜੀ, ਸੋ ਬਿਲਕੁਲ, ਜਿੱਦਾਂ ਤੁਸੀਂ ਦੱਸਿਆ ਵੀ ਉਹਨਾਂ ਦੇ ਹੀ ਜਿਹੜੇ ਬੰਦੇ ਆ ਆਪਸ ਦੇ ਵਿੱਚ ਹੀ ਮਿਲ ਜੁਲ ਕੇ ਜਿਹੜੇ ਨੌਜਵਾਨੀ ਦਾ ਘਾਣ ਜਿਹੜਾ ਜੀ ਉੱਥੇ ਕਰਨ ਲੱਗੇ ਹੋਏ ਆ, ਤੇ ਜਿਹੜੇ ਕੁਛ ਪੜ੍ਹ ਲਿਖ ਗਏ ਆ ਉਹਨਾਂ ਨੂੰ ਜਿਹੜੇ ਆ ਕਿਸੇ ਵੀ ਤਰੀਕੇ ਦੀ ਕੋਈ ਨੌਕਰੀ ਉਹ ਨਹੀਂ ਮਿਲ ਰਹੀ, ਤੇ ਇਸੇ ਦੇ ਉੱਤੇ ਆਪਾਂ ਗੱਲ ਕਰ ਲੈਂਦੇ ਹਾਂ ਵੀ ਆਪਾਂ ਹੁਣ ਅਕਸਰ ਹੀ ਰੋਜ਼ਾਨਾ ਹੀ ਇਹ ਖਬਰਾਂ ਦੇ ਤਸਵੀਰਾਂ ਸਾਹਮਣੇ ਆ ਜਾਂਦੀਆਂ, ਕਦੀ ਕਿਤੇ ਅਧਿਆਪਕਾਂ ਨੂੰ ਕੁੱਟ ਪੈ ਰਹੀ ਆ, ਕਦੀ ਕੇਸ ਪਾਸੇ ਕੁੱਟ ਪੈ ਰਹੀ ਆ। ਇਹ ਜਿਹੜੀ ਪੰਜਾਬ ਪੁਲਿਸ ਜਿਹੜੀ ਗੁੰਡਾ ਇਹਨਾਂ ਨੇ ਗੁੰਡੇ ਆ ਜਿਹੜੇ ਭਰਤੀ ਕੀਤੇ ਹੋਏ ਆ ਸਰਕਾਰ ਦੇ ਵੱਲੋਂ, ਤੁਸੀਂ ਇਸ ਚੀਜ਼ ਦੇ ਉੱਤੇ ਜਿਹੜਾ ਜੀ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਇਹ ਪੂਰੇ ਗੱਲਬਾਤ ਨੂੰ? ਰਾਜਕਰਮਵੀਰ ਜੀ, ਮੈਂ ਇੱਕ ਗੱਲ ਇੱਥੇ ਜ਼ਰੂਰ ਕਹਿਣੀ ਚਾਹਾਂਗਾ ਜੀ ਕਿ ਅੱਜ ਜੇ ਰਾਜ ਹੈ ਤਾਂ ਇੱਥੇ ਪੁਲਿਸ ਦਾ ਰਾਜ ਹੈ ਜੀ, ਆਮ ਆਦਮੀ ਦੀ ਸੁਣਵਾਈ ਕੋਈ ਹੈ ਨਹੀਂ। ਤੁਸੀਂ ਇਹ ਸਹੀ ਗੱਲ ਕੀਤੀ ਹੈ। ਅਸੀਂ ਮੈਂ ਗੱਲ ਕਹਿਣੀ ਚਾਹਾਂਗਾ ਕਿ ਆਮ ਆਦਮੀ ਜਦੋਂ ਵੀ ਥਾਣੇ ਜਾਂਦਾ ਬਿਨਾਂ ਪੈਸੇ ਦੇ ਕੰਮ ਨਹੀਂ ਹੁੰਦਾ, ਨਹੀਂ ਹੁੰਦਾ ਜੀ। ਜੇ ਤੁਸੀਂ ਸਿਫਾਰਿਸ਼ ਦੀ ਗੱਲ ਕਰਦੇ ਹੋ ਤਾਂ ਸਿਫਾਰਿਸ਼ ਕਰਨ ਵਾਲੇ ਤੋਂ ਉਲਟਾ ਕਾਨੂੰਨ ਸਮਝਾਇਆ ਜਾਂਦਾ, ਕਾਨੂੰਨ ਆਹ ਗੱਲ ਕਹਿੰਦਾ ਤੁਹਾਡੀ ਗੱਲ ਨਹੀਂ ਹੁੰਦੀ। ਜੇ ਉਹੀ ਬੰਦਾ ਪੈਸੇ ਦੇ ਦਿੰਦਾ ਤਾਂ ਉੱਥੇ ਕੋਈ ਕਾਨੂੰਨ ਦੀ ਗੱਲ ਨਹੀਂ ਹੈ ਜੀ ਜੀ। ਤੇ ਗਰੀਬ ਬੰਦਾ, ਅਸੀਂ ਕੰਪੇਨਿੰਗ ਕਰਦੇ ਕਰਦੇ ਅਸੀਂ ਗਏ ਸੀ ਕਿਤੇ ਤੇ ਉਹ ਵਿਚਾਰੇ ਕਹਿ ਰਹੇ ਸੀ, ਬੜੇ ਗਰੀਬ ਪਰਿਵਾਰ ਸੀਗੇ, 4-5 ਉੱਥੇ ਇਕੱਠੇ ਹੋ ਗਏ ਜੀ। ਉਹ ਸਾਨੂੰ ਦੱਸਣ ਲੱਗੇ ਜੀ ਸਾਡੇ ਬੱਚਿਆਂ ਨੂੰ ਇਹਨਾਂ ਦੇ ਅਕਾਲੀ ਵਰਕਰਾਂ ਨੇ ਅਕਾਲੀ ਲੀਡਰਾਂ ਨੇ ਨਸ਼ੇ ਦੇ ਉੱਪਰ ਲਾ ਦਿੱਤਾ ਜੀ। ਸਾਡੇ ਬੱਚਿਆਂ ਦਾ ਵਿਚਾਰਿਆਂ ਦਾ ਕੋਈ ਕਸੂਰ ਨਹੀਂ, ਅਸੀਂ ਗਰੀਬ ਪਰਿਵਾਰ ਹਾਂ ਤੇ ਉਹ ਕਹਿੰਦੇ ਜੀ ਥਾਣੇ ਵਾਲੇ ਉਲਟਾ ਸਾਨੂੰ ਫੜ ਕੇ ਲੈ ਗਏ ਜੀ। ਫੜਨਾ ਤੇ ਉਹਨੂੰ ਚਾਹੀਦਾ ਨਾ ਜਿਹੜਾ ਬੰਦਾ ਨਸ਼ੇ ਵੇਚ ਰਿਹਾ ਜੀ ਬਿਲਕੁਲ। ਜਿਹਨੂੰ ਨਸ਼ੇੜੀ ਤੁਸੀਂ ਕਰਤਾ ਉਹਦਾ ਵਿਚਾਰਦਾ ਕੀ ਕਸੂਰ? ਉਹਨੂੰ ਤੇ ਉਲਟਾ ਹਸਪਤਾਲ ਲੈ ਕੇ ਜਾਓ, ਤੁਸੀਂ ਉਹਦਾ ਇਲਾਜ ਕਰਾਓ ਜੀ ਜੀ। ਉਹ ਕਹਿੰਦੇ ਸਾਡੇ ਬੱਚਿਆਂ ਨੂੰ ਫੜ ਕੇ ਲੈ ਗਈ ਪੁਲਿਸ, ਕਹਿੰਦੇ ਜਦੋਂ ਅਸੀਂ ਗਏ ਉੱਥੇ ਇਕੱਠੇ ਹੋ ਕੇ ਉਹ ਛੱਡਣ ਦਾ ਨਾਂ ਨਾ ਲੈਣ, ਕਹਿੰਦੇ ਜੀ ਅਸੀਂ 20,000 ਰੁਪਇਆ ਦੇ ਕੇ ਆਪਣਾ ਬੱਚਿਆਂ ਨੂੰ ਛਡਾ ਕੇ ਲੈ ਕੇ ਆਏ। ਨਾਲੇ ਪਰਿਵਾਰ ਰੋ ਰਹੇ ਸੀ, ਇੰਨੇ ਗਰੀਬ ਪਰਿਵਾਰ ਸੀ ਜੀ ਜੀ, ਬੜਾ ਦੁੱਖ ਹੋ ਰਿਹਾ ਸੀ ਉਹਨਾਂ ਦੀਆਂ ਗੱਲਾਂ ਸੁਣ ਸੁਣ ਕੇ। ਸੋ ਇਹੋ ਜਿਹਾ ਇੱਕ ਨਹੀਂ ਕੇਸ, ਇੱਥੇ ਬਹੁਤ ਜ਼ਿਆਦਾ ਕੇਸ ਨੇ, ਬੜਾ ਦੁੱਖ ਹੁੰਦਾ। ਇਹ ਸਰਕਾਰ ਨੇ ਦੇਖੋ ਰਾਜ ਭਾਗ ਸਾਂਭਣ ਦੇ ਖਾਤਰ ਨੌਜਵਾਨੀ ਰੋਲ ਤੇ ਰੱਖ ਦਿੱਤੀ, ਅਫਸਰਸ਼ਾਹੀ ਦਾ ਰਾਜ ਹੈ। ਕਿਸੇ ਦਫ਼ਤਰ ਦੇ ਵਿੱਚ ਚਲੇ ਜਾਓ, ਅੱਜ ਪੰਜਾਬ ਦਾ ਇਹ ਹਾਲ ਹੈ। ਮੈਂ ਤਾਂ ਸਾਰੀ ਜਿੰਨੀ ਵੀ ਬਾਹਰ ਬੈਠੀ ਜਨਤਾ ਉਹਨਾਂ ਨੂੰ ਤੁਹਾਡੇ
रेडियो राही दसनी चाहांगा कि पंजाब दे विच जदों NRIs नूं बुलाया जांदा ना उहनां नूं वैसे ही सबज बाग दिखाए जांदे ने, असलियत कुछ होर है। जी जी बिलकुल। इत्थे जदों असीं दफ्तरां दे विच जांदे आ किते पैसे बिना कम नहीं हुंदा, कदी कदी कोई खबर भी छपदी है भी NRI वी उत्थों आया, उहदी जायदाद दा झगड़ा सी ते अफसरां ने इन्ने पैसे लै के भी उहदा कम नहीं कीता। जी जी। तो मैं ते गल कहांगा जी इत्थे सरकार नां दी कोई चीज नहीं, ਤੁਸੀਂ ਵੀ ਸਾਡਾ ਸਾਥ ਦਿਓ, ਆਪਾਂ ਰਲ ਮਿਲ ਕੇ ਇਸ ਨਿਜ਼ਾਮ ਨੂੰ ਬਦਲੀਏ, ਇਸ ਸਿਸਟਮ ਨੂੰ ਬਦਲੀਏ। ਖਾਸ ਕਰਕੇ ਕਾਂਗਰਸ ਨੇ ਤਾਂ ਦੇਖੋ ਦੇਸ਼ ਦਾ ਬੇੜਾ ਗਰਕ ਕੀਤਾ ਹੀ ਕੀਤਾ ਸੀ ਪਿਛਲੇ 65 ਸਾਲਾਂ ਦੇ ਵਿੱਚ, ਲੇਕਿਨ ਬਾਦਲ ਸਰਕਾਰ 70 ਸਾਲਾਂ ਚ ਕਰਕੇ ਰੱਖ ਦਿੱਤਾ। ਜੀ ਬਿਲਕੁਲ ਬਿਲਕੁਲ। ਤੋ ਅਸੀਂ ਤੇ ਇਹ ਗੱਲ ਕਹਾਂਗੇ ਸਾਥ ਦਿਓ ਸਾਰੇ ਰਲ ਮਿਲ ਕੇ ਆਪਾਂ ਇਹਨਾਂ ਨੂੰ ਬਦਲੀਏ। ਜੇ 5-10 ਸਾਲ ਸੁਖਬੀਰ ਸਿੰਘ ਕਹਿੰਦਾ ਵੀ ਅਸੀਂ 25 ਸਾਲ ਰਾਜ ਕਰਨਾ ਡਿਪਟੀ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਜੀ, ਲੇਕਿਨ ਜੇ ਕਿਸੇ ਗੱਲ ਦੇ ਉੱਪਰੋਂ ਮੈਂ 5 ਸਾਲ ਵੀ ਹੋਰ ਰਾਜ ਕਰਕੇ ਨਾ ਐ ਸਮਝੋ ਜੀ ਇਹ ਦੇਸ਼ ਦੀ ਪੰਜਾਬ ਦੀ ਤਸਵੀਰ ਹੀ ਬਦਲ ਜਾਏਗੀ, ਬੇੜਾ ਗਰਕ ਹੋ ਜਾਏਗਾ। ਇੱਥੇ ਤੁਹਾਡਾ ਤਾਂ ਆਮ ਹੀ ਮਨ ਨਹੀਂ ਕਰੇਗਾ ਬਿਲਕੁਲ, ਪੰਜਾਬ ਦੇ ਵਿੱਚ ਇੰਨਾ ਮਾੜਾ ਹਾਲ ਅੱਜ ਦੀ ਡੇਟ ਦੇ ਵਿੱਚ ਹੋ ਚੁੱਕਿਆ ਜੀ। ਤੇ ਹਰਜੀਤ ਸਿੰਘ ਜੀ, ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਹਾਂ ਵੀ ਜੇ ਤੁਹਾਨੂੰ ਪਟਿਆਲੇ ਦੇ ਲੋਕ ਉੱਥੋਂ ਜਿਤਾ ਕੇ ਤੁਹਾਨੂੰ ਵਿਧਾਨ ਸਭਾ ਦੇ ਵਿੱਚ ਘੱਲਦੇ ਆ, ਤੇ ਤੁਸੀਂ ਉਹਨਾਂ ਦੇ ਇਹਨਾਂ ਮੁਸ਼ਕਲਾਂ ਦਾ ਜਿਹੜਾ ਨਿਜਾਤ ਆ ਕਿਸ ਤਰੀਕੇ ਨਾਲ ਕਰਨ ਦੀ ਸੋਚ ਰਹੇ ਹੋ? ਦੇਖੋ ਮੈਂ ਤੇ ਇੱਕ ਗੱਲ ਕਹਾਂਗਾ ਕਿ ਪਹਿਲੇ ਨੰਬਰ ਤੇ ਪਰਮਾਤਮਾ ਕਰੇ ਅਸੀਂ ਬਿਲਕੁਲ ਵੱਡੀ ਜਿੱਤ ਪ੍ਰਾਪਤ ਕਰਕੇ ਜਾਵਾਂਗੇ ਜੀ। ਫਿਰ ਵੀ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਸਾਥ ਦਿਓ ਤੇ ਮੈਨੂੰ ਜਿਤਾ ਕੇ ਤੁਸੀਂ ਅਸੈਂਬਲੀ ਦੇ ਵਿੱਚ ਭੇਜੋ। ਮੇਰਾ ਬਹੁਤ ਵੱਡਾ ਤਜਰਬਾ ਪੋਲਿਟਿਕਸ ਦੇ ਵਿੱਚ, ਸਿਆਸਤ ਦੇ ਵਿੱਚ, ਅਸੀਂ ਉੱਥੇ ਬੜੀ ਤਕੜੀ ਤਰ੍ਹਾਂ ਅਸੈਂਬਲੀ ਦੇ ਵਿੱਚ ਜਾ ਕੇ ਪੰਜਾਬ ਦੇ ਮੁੱਦੇ ਉਠਾਵਾਂਗੇ, ਪਟਿਆਲੇ ਦੇ ਮੁੱਦੇ ਉਠਾਵਾਂਗੇ, ਖਾਸ ਕਰਕੇ ਜਿਹੜਾ ਪਟਿਆਲੇ 'ਚ ਕਦੀ ਵੀ ਅੱਜ ਤੋਂ ਤਕਰੀਬਨ 15 ਸਾਲ ਤੋਂ ਕੋਈ ਪੈਸਾ ਨਹੀਂ ਜੀ ਪਟਿਆਲੇ ਦੇ ਵਿੱਚ ਲੱਗਿਆ। ਜੀ ਜੀ। ਮੇਰਾ ਖਿਆਲ ਤੁਸੀਂ ਸ਼ਾਇਦ ਪਟਿਆਲੇ ਵੱਲ ਨਹੀਂ ਆਏ, ਜੇ ਆਏ ਹੋ ਤੁਹਾਨੂੰ ਪਤਾ ਲੱਗ ਜਾਏਗਾ ਕਿ ਪਟਿਆਲੇ ਦਾ ਕਿੰਨਾ ਬੁਰਾ ਹਾਲ ਹੈ। ਉਹਨੇ ਸਾਡੀ ਮੀਟਿੰਗ ਚੱਲ ਰਹੀ ਸੀ, ਅਸੀਂ ਇੱਥੇ ਵੀ ਡਿਸਕਸ ਕਰ ਰਹੇ ਸੀ ਵੀ ਕਿਸ ਤਰ੍ਹਾਂ ਕੂੜੇ ਦੇ ਢੇਰ ਜਗ੍ਹਾ ਜਗ੍ਹਾ ਲੱਗੇ ਹੋਏ ਨੇ। ਸੋ ਪਟਿਆਲੇ ਵੱਲ ਕਿਸੇ ਧਿਆਨ ਨਹੀਂ ਕੀਤਾ। ਇਹਨਾਂ ਮੁੱਦਿਆਂ ਨੂੰ ਬੜੇ ਜ਼ੋਰ ਸ਼ੋਰ ਦੇ ਨਾਲ ਅਸੈਂਬਲੀ ਦੇ ਵਿੱਚ ਉਠਾ ਕੇ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਵਾਂਗੇ ਕਿ ਸਰਕਾਰ ਸਿਰਫ ਚੰਡੀਗੜ੍ਹ 'ਚ ਨਹੀਂ ਹੁੰਦੀ, ਸਰਕਾਰ ਦਾ ਕੰਮ ਸਿਰਫ ਬਠਿੰਡੇ ਤੱਕ ਹੀ ਸੀਮਿਤ ਨਹੀਂ, ਹੋਰ ਵੀ ਪੰਜਾਬ ਦੇ ਕਈ ਜ਼ਿਲ੍ਹੇ ਹਨ ਜਿੱਥੇ ਜਾ ਕੇ ਕੰਮ ਕਰਨ ਦੀ ਲੋੜ ਹੈ। ਸਰਕਾਰ ਦੇ ਵਿੱਚ ਬੈਠੇ ਅਕਾਲੀ ਦਲ ਦੇ ਮੰਤਰੀ ਵੀ ਕੋਈ ਨਹੀਂ ਬੋਲਦੇ, ਦੇਖੋ ਤੁਸੀਂ, ਪਤਾ ਨਹੀਂ ਉਹਨਾਂ ਨੂੰ ਦੇਖੋ ਕਹਿੰਦਾ ਵੀ ਜੇ ਅਸੀਂ ਬੋਲੇ ਤਾਂ ਸਾਨੂੰ ਕੱਢ ਕੇ ਪਾਸੇ ਮਾਰਿਆ ਜਾਏਗਾ। ਉਹ ਵੀ ਆਪਣੇ ਆਕਾ ਨੂੰ ਬਾਦਸ਼ਾਹ ਨੂੰ ਮਤਲਬ ਸਲਾਮ ਕਰਦੇ ਰਹਿੰਦੇ ਨੇ, ਜੋ ਮਰਜ਼ੀ ਉਹ ਕਰੀ ਜਾਣ, ਕਦੀ ਕੁਛ ਨੀ। ਇਹ ਵੀ ਗੱਲ ਕਹਿੰਦੇ ਸਾਡੇ ਜ਼ਿਲ੍ਹਿਆਂ ਦੇ ਵਿੱਚ ਹੀ ਪੈਸਾ ਲੱਗਣਾ ਚਾਹੀਦਾ, ਸਾਡੇ ਜ਼ਿਲ੍ਹਿਆਂ ਦੇ ਵਿੱਚ ਹੀ ਕੰਮ ਹੋਣੇ ਚਾਹੀਦੇ ਆ। ਸਾਹਮਣੇ ਇਹ ਬੇਨਤੀ ਕਰ ਰਹੇ ਹੋ ਜਾਂ ਅਪੀਲ ਕਰ ਰਹੇ ਹੋ ਵੀ ਤੁਹਾਨੂੰ ਜਿਹੜੀ ਆ ਵੋਟ ਪਾ ਕੇ ਜਿਤਾਉਣ, ਤੇ ਕੀ ਤੁਹਾਨੂੰ ਲੋਕਾਂ ਦਾ ਜਿਹੜਾ ਕਿਸ ਤਰੀਕੇ ਦਾ ਰਵੱਈਆ ਜਿਹੜਾ ਉਸ ਤਰੀਕੇ ਦਾ ਮਿਲ ਰਿਹਾ ਆ? ਕਿਉਂਕਿ ਨਾਲ ਇਹ ਵੀ ਜਿਹੜੇ ਜੀ ਜ਼ਰੂਰ ਗੌਰ ਕਰਨ ਵਾਲੀ ਗੱਲ ਜਿਹੜੇ ਕਈ ਲੋਕਾਂ ਦੇ ਦਿਮਾਗ ਦੇ ਵਿੱਚ ਜ਼ਰੂਰ ਹੋਵੇਗੀ ਵੀ ਕੀ ਤੁਸੀਂ, ਕਿਉਂਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਤੋਂ ਛੱਡ ਕੇ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋ, ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਲੋਕ ਤੁਹਾਨੂੰ ਕਿਸ ਤਰੀਕੇ ਦੇ ਨਾਲ ਅਸੈਪਟ ਕਰ ਰਹੇ ਆ? ਦੇਖੋ ਇੱਥੇ ਸਭ ਤੋਂ ਪਹਿਲੀ ਗੱਲ ਤਾਂ ਮੈਂ ਇੱਕ ਗੱਲ ਦੱਸ ਦਿਆਂ ਕਿ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਢੰਗ ਤਰੀਕਾ ਹੈ ਨਾ, ਉਹ ਸੇਮ ਕਾਂਗਰਸ ਵਾਲਾ ਤੇ ਅੰਗਰੇਜ਼ ਜਿਸ ਤਰ੍ਹਾਂ ਇੱਥੇ ਪਾੜੋ ਤੇ ਰਾਜ ਕਰੋ ਵਾਲੀ ਗੱਲ ਸੀ ਜੀ, ਇਹਨਾਂ ਦਾ ਵੀ ਸੇਮ ਫਾਰਮੂਲਾ, ਸਿਰਫ ਧਰਮ ਨੂੰ ਵਰਤਦੇ ਨੇ ਸਿਆਸਤ ਦੀ ਖਾਤਰ। ਜੀ ਜੀ। ਪਹਿਲਾਂ ਤਾਂ ਇਹ ਗੱਲ ਕਹਿੰਦੇ ਸੀ ਪੰਥ ਨੂੰ ਖਤਰਾ ਤੇ ਹਮੇਸ਼ਾ ਕੁਰਸੀ ਹਥਿਆ ਲੈਂਦੇ ਸੀ, ਲੋਕਾਂ ਨੂੰ ਮਗਰ ਲਾ ਕੇ ਕਰ ਲੈਂਦੇ ਸੀ, ਲੇਕਿਨ ਹੁਣ ਲੋਕ ਬੜੇ ਸਿਆਣੇ ਹੋ ਚੁੱਕੇ ਨੇ। ਹੁਣ ਇਹ ਗੱਲ ਜਿਹੜਾ ਪਟਿਆਲੇ ਦੇ ਵਿੱਚ ਉਮੀਦਵਾਰ ਉਤਾਰਿਆ ਨਾ, ਉੱਥੇ ਇਹ ਗੱਲ ਘੁਮਾ ਰਹੇ ਨੇ ਜੀ ਇਹ ਤਾਂ ਹਿੰਦੂ ਉਮੀਦਵਾਰ ਹੈ ਜੀ, ਹਿੰਦੂਆਂ ਨੂੰ ਮਤਲਬ ਬਹੁਤ ਸੰਮਤੀ ਨੂੰ ਆਪਣੇ ਵੱਲ ਖਿੱਚਣ ਕਰਕੇ। ਜੀ ਜੀ। ਮਤਲਬ ਜਿੱਥੇ ਇਹਨਾਂ ਨੂੰ ਜਿੱਥੇ ਜਿਸ ਢੰਗ ਨਾਲ ਵੋਟਾਂ ਦੀ ਲੋੜ ਹੁੰਦੀ ਹੈ ਉਸ ਢੰਗ ਨਾਲ ਹਿੰਦੂ ਸਿੱਖਾਂ ਨੂੰ ਲੜਾ ਕੇ, ਹਿੰਦੂ ਮੁਸਲਮਾਨ ਨੂੰ ਲੜਾ ਕੇ, ਸਿੱਖ ਮੁਸਲਮਾਨ ਨੂੰ ਲੜਾ ਕੇ, ਇਹਨਾਂ ਨੂੰ ਬਸ ਸਿਰਫ ਆਪਣੀ ਕੁਰਸੀ ਨਾਲ ਵਾਸਤਾ, ਇਹਨਾਂ ਨੂੰ ਪਬਲਿਕ ਦੀ ਕੋਈ ਲੋੜ ਨਹੀਂ ਜੀ। ਇੱਥੇ ਮੈਂ ਥੋੜੀ ਜਿਹੀ ਗੱਲ ਦੱਸਣੀ ਚਾਹਾਂਗਾ ਕਿ ਇਹਨਾਂ ਨੇ ਦੇਖੋ ਹਰਿਆਣੇ ਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਮੁੱਦਾ ਉਠਾ ਦਿੱਤਾ ਜੀ, ਸਾਨੂੰ ਬੜਾ ਦੁੱਖ ਹੁੰਦਾ ਇਸ ਕਰਕੇ ਪੰਜਾਬ ਵਾਲਿਆਂ ਨੂੰ, ਕਾਹਦੇ ਕਰਕੇ, ਕਿਉਂਕਿ ਸਿਰਫ ਪੈਸੇ ਦੀ ਖਾਤਰ ਕਿ ਗੋਲਕ ਨੂੰ ਕਿਸ ਤਰ੍ਹਾਂ ਆਪਣੇ ਕਬਜ਼ੇ ਦੇ ਵਿੱਚ ਰੱਖਿਆ ਜਾਵੇ ਤੇ ਉਹਨੂੰ ਰਾਜਨੀਤਿਕ ਮਤਲਬ ਪਾਵਰ ਲੈਣ ਵਾਸਤੇ ਕਿਸ ਢੰਗ ਨਾਲ ਵਰਤਿਆ ਜਾਵੇ। ਹੁਣ ਹਰਿਆਣੇ ਦੇ ਸਿੱਖਾਂ ਦਾ ਕੀ ਕਸੂਰ ਹੈ ਜੀ? ਦੇਖੋ ਤੁਸੀਂ, ਗੋਲਕ ਉਹਨਾਂ ਦੀ, ਪੈਸਾ ਉਹਨਾਂ ਦਾ, ਉਹ ਪੈਸੇ ਨੂੰ ਸਾਰਾ ਲਿਆ ਕੇ ਤੇ ਇੱਥੇ ਸਰਕਾਰ ਬਣਾਉਣ ਵਾਸਤੇ ਲੋਕਾਂ ਨੂੰ ਵੰਡਿਆ ਜਾਂਦਾ ਉਹਨਾਂ। ਅਸੀਂ ਇਹ ਗੱਲ ਕਹਾਂਗੇ ਵੀ ਜਿੱਥੇ ਪੰਜਾਬ ਦੇ ਵਿੱਚ ਸ਼੍ਰੋਮਣੀ ਕਮੇਟੀ ਚੱਲ ਰਹੀ ਹੈ, ਉੱਥੇ ਹਰਿਆਣੇ ਦੀ ਵੀ ਆਪਣੀ ਸ਼੍ਰੋਮਣੀ ਕਮੇਟੀ ਹੋਣੀ ਚਾਹੀਦੀ। ਦਿੱਲੀ ਦੇ ਵਿੱਚ ਬਣੀ, ਉੱਥੇ ਬੜਾ ਸੁਧਾਰ ਹੋ ਰਿਹਾ ਗੁਰਦੁਆਰਿਆਂ ਦਾ। ਜੀ ਜੀ ਜੀ। ਸੋ ਇਹਨਾਂ ਦਾ ਤਾਂ ਇੱਕੋ ਇੱਕ ਫਾਰਮੂਲਾ ਜੀ, ਲੜਾ ਕੇ ਕਿਸੇ ਨਾ ਕਿਸੇ ਢੰਗ ਨਾਲ ਅਸਲ ਮੁੱਦਿਆਂ ਤੋਂ ਪਾਸੇ ਖਿਆਲ ਕਰਕੇ ਵੀ ਕਿਸੇ ਨਾ ਕਿਸੇ ਤਰ੍ਹਾਂ ਕੁਰਸੀ ਜਿਹੜੀ ਉਹ ਕਾਇਮ ਰੱਖੀ ਜਾਵੇ। ਇਹ ਫੇਲ ਹੋਣਗੇ, ਪਟਿਆਲੇ ਦੇ ਵਿੱਚ ਐਸੀ ਕੋਈ ਗੱਲ ਨਹੀਂ ਚੱਲਣ ਦਿੱਤੀ ਜਾਏਗੀ। ਪਟਿਆਲੇ ਦੇ ਲੋਕ ਬੜੇ ਜਾਗਰੂਕ ਹੋ ਚੁੱਕੇ ਹਨ,
ਸੋ ਅਸੀਂ ਤੇ ਇਹ ਗੱਲ ਪਟਿਆਲੇ ਦੇ ਲੋਕਾਂ ਤੱਕ ਫਿਰ ਵੀ ਇਹ ਗੱਲ ਪਹੁੰਚਾ ਰਹੇ ਹਾਂ ਇਹਨਾਂ ਤੋਂ ਬਚੋ, ਨਹੀਂ ਤੇ ਆਉਣ ਵਾਲੀ ਪੀੜ੍ਹੀ ਨੂੰ, ਆਉਣ ਵਾਲੀ ਜਨਰੇਸ਼ਨ ਨੂੰ ਸਾਡਾ ਇਹਨਾਂ ਨੂੰ ਬਹੁਤ ਖਤਰਾ ਹੈ ਜੀ ਇਹਨਾਂ ਲੋਕਾਂ ਤੋਂ ਜੀ। ਤੇ ਹਰਜੀਤ ਸਿੰਘ ਜੀ, ਤੁਸੀਂ ਆਪਣੇ ਸਮੇਂ ਚੋਂ ਜਿਹੜਾ ਸਮਾਂ ਕੱਢ ਕੇ ਸਾਡੇ ਸਰੋਤਿਆਂ ਦੇ ਨਾਲ ਗੱਲਬਾਤ ਕੀਤੀ ਹੈ, ਤੇ ਜਾਣ ਤੋਂ ਪਹਿਲਾਂ ਜਿਹੜੇ ਸਾਡੇ NRI ਦੇਸ਼ ਵਿਦੇਸ਼ਾਂ ਚ ਵਸਦੇ ਪੰਜਾਬੀ ਆ, ਉਹਨਾਂ ਨੂੰ ਕੀ ਅਪੀਲ, ਕੀ ਸੰਦੇਸ਼ ਦੇਣਾ ਚਾਹੋਗੇ? ਦੇਖੋ ਮੈਂ ਤੇ ਇੱਕ ਗੱਲ ਕਹਾਂਗਾ ਜੀ, ਤੁਹਾਡੇ ਆਪਣਾ ਰੇਡੀਓ ਰਾਹੀਂ, ਪੰਜਾਬੀ ਰੇਡੀਓ ਰਾਹੀਂ ਜੀ ਕਰਮਵੀਰ ਜੀ, ਵੀ ਲੋਕਾਂ ਨੂੰ ਜਿਹੜੇ ਵਿਚਾਰੇ ਸਾਡੇ ਬਾਹਰ ਵਸਦੇ ਨੇ, ਲੋਕ ਬਾਹਰ ਵਸਦੇ ਨੇ ਲੋਕ, ਉਹਨਾਂ ਨੂੰ ਪੰਜਾਬ ਦੀ ਤਸਵੀਰ ਸਰਕਾਰਾਂ ਹੋਰ ਢੰਗ ਨਾਲ ਪੇਸ਼ ਕਰਦੀਆਂ, ਪਰ ਇੱਥੇ ਅਸਲੀਅਤ ਹੋਰ ਹੈ ਜੀ। ਮੈਂ ਤੇ ਇਹ ਗੱਲ ਕਹਾਂਗਾ ਮੇਰੇ NRI ਵੀਰ ਨੂੰ, ਵੀਰਾਂ ਨੂੰ, ਸਾਰਿਆਂ ਨੂੰ, ਵੀ ਇਹਨਾਂ ਕੋਲੋਂ ਬਚੋ, ਇਹਨਾਂ ਦੀਆਂ ਗੱਲਾਂ ਦੇ ਵਿੱਚ ਨਾ ਆਓ, ਕਿਉਂਕਿ ਪਿੱਛੇ ਜੇ ਇਹਨਾਂ ਨੇ ਇੱਕ NRI ਸੰਮੇਲਨ ਕਰਕੇ ਸਰਕਾਰ ਦਾ ਕਰੋੜਾਂ ਰੁਪਇਆ ਉਹਦੇ ਉੱਪਰ ਲਾ ਦਿੱਤਾ, ਪਰ ਲੇਕਿਨ ਸੰਮੇਲਨ ਖਤਮ ਹੋਣ ਤੋਂ ਬਾਅਦ ਕਿਸੇ NRI ਦੀ ਕੋਈ ਸੁਣਵਾਈ ਨਹੀਂ ਹੋਈ ਜੀ। ਸੋ ਮੈਂ ਇਹ ਗੱਲ ਕਹਾਂਗਾ ਕਿ ਮੇਰੇ ਵੀਰ ਇਹਨਾਂ ਦੀਆਂ ਗੱਲਾਂ 'ਚ ਨਾ ਆਉਣ, ਪੈਸੇ ਆਪਣੇ ਨਾ ਬਰਬਾਦ ਕਰਨ, ਇਹ ਤਾਂ ਉੱਥੋਂ ਫੰਡ ਭੇਜਦੇ ਨੇ ਇਹਨਾਂ ਲੋਕਾਂ ਨੂੰ, ਪਰ ਇਹ ਉਹਨਾਂ ਦਾ ਉਲਟ ਫਾਇਦਾ ਉਠਾਉਂਦੇ ਨੇ। ਮੈਨੂੰ ਪਤਾ, ਮੇਰਾ ਪਰਿਵਾਰ ਵੀ USA ਦੇ ਵਿੱਚ ਰਹਿੰਦਾ, ਕੈਲੀਫੋਰਨੀਆ ਸਟਾਕਟਨ ਸ਼ਹਿਰ ਦੇ ਵਿੱਚ, ਪੈਸਾ ਕਿਸ ਢੰਗ ਨਾਲ ਕਮਾਇਆ ਜਾਂਦਾ, ਇੰਨੇ ਇੰਨੇ ਘੰਟੇ ਲਾ ਕੇ ਤੁਸੀਂ ਉੱਥੇ ਪੈਸੇ ਕਮਾਉਂਦੇ ਹੋ, ਉਹੀ ਪੈਸੇ ਤੁਸੀਂ ਬਾਦਲ ਵਰਗਿਆਂ ਨੂੰ ਦਿੰਦੇ ਹੋ, ਇਹਦੇ ਕੋਲ ਤਾਂ ਕੋਈ ਅੰਤ ਹੀ ਨਹੀਂ ਕਿੰਨਾ ਪੈਸਾ ਜੀ ਜੀ। ਇਹਦਾ ਤੇ ਪੈਸਾ ਆਪਣਾ ਆਪਣਾ ਬਾਹਰ ਬਹੁਤ ਜ਼ਿਆਦਾ ਜਮਾ, ਇਹਨੂੰ ਪੈਸਾ ਨਾ ਦਿਓ, ਆਪਣੀ ਖੂਨ ਪਸੀਨੇ ਦੀ ਕਮਾਈ ਬਚਾ ਕੇ ਰੱਖੋ, ਆਪਣੇ ਬੱਚਿਆਂ ਵਾਸਤੇ ਰੱਖੋ, ਆਪਣੇ ਬਜ਼ੁਰਗਾਂ ਵਾਸਤੇ ਰੱਖੋ। ਸੋ ਮੈਂ ਇਹ ਗੱਲ ਕਹਾਂਗਾ ਕਿ ਇਹਨਾਂ ਲੋਕਾਂ ਤੋਂ ਬਚੋ, ਤੇ ਆਪਾਂ ਪੰਜਾਬ ਦੇ ਬਾਰੇ ਕੋਈ ਸੋਚੀਏ, ਪੰਜਾਬ ਦੀ ਜਨਤਾ ਬਾਰੇ ਕੋਈ ਸੋਚੀਏ। ਉਸ ਗੱਲ ਦੇ ਵਿੱਚ ਜੇ ਤੁਸੀਂ ਕਿਸੇ ਸਕੂਲ ਖਿਲਾ ਸਕਦੇ ਹੋ, ਕਿਸੇ ਹੋਸਪਿਟਲ ਨੂੰ ਮਦਦ ਦੇ ਸਕਦੇ ਹੋ, ਉਸ ਢੰਗ ਨਾਲ ਮਦਦ ਬੇਸ਼ੱਕ NRI ਵੀਰ ਦੇ ਦਿਆ ਕਰਨ, ਲੇਕਿਨ ਸ਼੍ਰੋਮਣੀ ਅਕਾਲੀ ਦਲ ਬਾਰੇ ਬਿਲਕੁਲ ਨਾ ਸੋਚਣ, ਇੰਨਾ ਕੁਝ ਮੈਂ ਕਹਿਣਾ ਚਾਹੁੰਦਾ ਜੀ। ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਹਰਜੀਤ ਸਿੰਘ ਦਾਲਤੀਵਾਲਾ ਜੀ, ਤੇ ਸਾਡੀਆਂ ਸ਼ੁਭ ਇਛਾਵਾਂ ਤੁਹਾਡੇ ਨਾਲ, ਵੀ ਆਉਣ ਵਾਲੇ ਸਮੇਂ ਦੇ ਵਿੱਚ ਪਟਿਆਲਾ ਲੋਕ ਸਭਾ ਹਲਕੇ ਤੋਂ ਜਿਹੜੇ ਜੀ ਤੁਹਾਨੂੰ ਜਿੱਤ ਪ੍ਰਾਪਤ ਹੋਵੇ, ਤੇ ਜਿਹੜੇ ਉੱਥੇ ਵਿਗੜੇ ਹੋਏ ਨਿਜ਼ਾਮ ਆ ਉਸ ਤੋਂ ਜਿਹੜੇ ਲੋਕ ਆ ਉਹ ਛੁਟਕਾਰਾ ਪਾ ਸਕਣ, ਤੇ ਕੋਈ ਚੈਨ ਦਾ ਜਿਹੜਾ ਜੀ ਸਾਹ ਉਹ ਉੱਥੇ ਲੈ ਸਕਣ। ਬਹੁਤ ਬਹੁਤ ਸ਼ੁਕਰੀਆ ਆਪਣੇ ਸਮੇਂ 'ਚੋਂ ਤੁਸੀਂ ਸਮਾਂ ਕੱਢ ਕੇ ਸਾਡੇ ਸਰੋਤਿਆਂ ਨਾਲ ਗੱਲਬਾਤ ਕੀਤੀ, ਬਹੁਤ ਧੰਨਵਾਦ ਤੇ ਸਤਿ ਸ਼੍ਰੀ ਅਕਾਲ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਰਾਜ ਕਰਮਵੀਰ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਥੈਂਕ ਯੂ ਵੈਰੀ ਮੱਚ।